ਆਮ ਲੋਕਾਂ ਦੀਆਂ ਲਗਾ ਤੁਸੀਂ ਕਰਦੇ ਹੋ ਤੁਸੀਂ ਪ੍ਰਸ਼ਾਸਨਿਕ ਹੈਗੀ ਨਹੀਂ ਮੇਰੀ ਗੱਲ ਸੁਣੋ ਇੱਕ ਮਿੰਟ ਪਰਮਾਤਮਾ ਵੱਲੋਂ ਨੌਕਰੀ ਮਿਲੀ ਹੈ ਤੇ ਥੋੜਾ ਤਾਂ ਵਿਆਹ ਨਹੀਂ ਹੁੰਦਾ ਹੈਗਾ ਉਹ 15,000 ਰੁਪਈਏ ਤੇ ਆਹ ਸਾਰੀਆਂ ਕਾਪੀਆਂ ਨੇ ਜਿਹੜਾ ਬਰਾਮਦ ਕਰ ਲਿਆ ਗਿਆ ਉਹਨਾਂ ਕੋਲੋਂ ਤੁਸੀਂ ਕੰਮ ਕਰ ਤੋਂ ਜਵਾਬ ਦੇ ਦਿਓ ਵੀ ਨਹੀਂ ਹੁੰਦਾ ਜੋ ਪਰਮਾਤਮਾ ਦਾ ਕੋਈ ਜਾਂ ਤੁਸੀਂ ਮੰਗ ਰਹੇ ਹੋ 2 ਸਾਲ ਹੋ ਗਏ ਬੰਦੇ ਨੂੰ ਗੇੜੇ ਘਟਾਉਂਦੇ ਆ ਤੇ ਰਿਸ਼ਵਤ ਜਿੰਨੀ ਵੀ ਰਕਮ ਸੀ ਇੱਕਾਂ ਨੂੰ ਉਹ ਫੜੀ ਗਈ ਹੈ ਤੇ ਹੁਣ ਜੋ ਬਣਦੀ ਕਾਰਵਾਈ ਆ ਹੋਈ ਹੈ ਜਦੀ ਆਮ ਆਦਮੀ ਪਾਰਟੀ ਆਈ ਆ ਕਰਪਸ਼ਨ ਫਰੀ ਪੰਜਾਬ ਨੂੰ ਕਰਨ ਦਾ ਅਸੀਂ ਬੀੜਾ ਚੁੱਕਿਆ ਆ ਜਿਹਦੇ ਤਹਿਤ ਤੁਹਾਨੂੰ ਪਤਾ ਪਿੱਛੇ ਸਾਡਾ ਆਪਣਾ ਮੰਤਰੀ ਆ ਜਿਹੜਾ ਅਸੀਂ ਉਹ ਨਹੀਂ ਛੱਡਿਆ ਹੈਗਾ ਤੇ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਇਮਾਨਦਾਰੀ ਨਾਲ ਜਦੋਂ ਸਰਕਾਰ ਕੰਮ ਕਰਦੀ ਆ ਤੁਹਾਡਾ ਸਾਰਾ ਕੋਈ ਫਰਜ਼ ਬਣਦਾ ਇਮਾਨਦਾਰੀ ਨਾਲ ਕੰਮ ਕਰਨ ਦਾ ਅਸਲ ਦੇ ਵਿੱਚ ਇੱਕ ਮਿਹਰਬਾਨ ਤੋਂ ਕੋਈ ਹੈਗੇ ਸੀਗੇ ਵਿਅਕਤੀ ਜਿਹਨੂੰ ਕੋਈ ਕੰਮ ਸੀਗਾ ਉਰੇ ਜਿਹਦੇ ਕਰਕੇ ਘੱਟੋ ਘੱਟ ਉਹ 4-5 ਤੋਂ ਗੇੜੇ ਮਾਰੇ ਇੱਥੇ ਬਾਬ ਪਰੇਸ਼ਾਨ ਹੋਏ 3-4 ਮਹੀਨੇ ਤੋਂ ਫਿਰ ਰਹੇ ਸੀਗੇ ਉਹ ਤੇ ਲਾਸਟ ਦੇ ਵਿੱਚ ਕੀ ਹੁੰਦਾ ਲਾਸਟ ਦੇ ਵਿੱਚ ਸੌਦਾ ਤਾਂ ਇਹ ਹੁੰਦਾ ਵੀ 25,000 ਰੁਪਈਆ ਲਊਂਗਾ ਮੈਂ ਥੋੜ੍ਹਾ ਕੰਮ ਕਰ ਦੂੰਗਾ ਜਿਹਦੇ ਵਿੱਚ 10,000 ਰੁਪਈਆ ਬਣਾ ਲਵਾਂ ਤੇ ਅੱਜ ਉਹ ਕੰਮ ਜੋ ਵੀ ਕੰਮ ਸੀ ਉਹਨਾਂ ਦਾ ਉਹ ਕੰਮ ਕਰਵਾਉਣ ਤੋਂ ਬਾਅਦ 15,000 ਰੁਪਈਆ ਦਿੱਤਾ ਗਿਆ ਉਹ 15,000 ਰੁਪਈਏ ਤੇ ਆਹ ਸਾਰੀਆਂ ਕਾਪੀਆਂ ਨੇ ਜਿਹੜਾ ਬਰਾਮਦ ਉੱਧਰ ਕਰ ਲਿਆ ਗਿਆ ਉਹਨਾਂ ਕੋਲੋਂ ਤੇ ਗੱਲ ਤਾਂ ਉੱਥੇ ਹੀ ਆ ਰਿਸ਼ਵਤ ਪਹਿਲਾਂ ਉਹਨੂੰ ਕਿਹਾ ਗਿਆ ਪਟਵਾਰੀ ਲੱਗਿਆ ਨਹੀਂ ਹੋਇਆ ਇੱਥੇ ਜਾਂ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਹੈ ਨਾ ਜਦੋਂ ਪੈਸੇ ਦਿੱਤੇ ਤਾਂ ਸਾਰਾ ਕੰਮ ਹੋ ਜਾਂਦਾ ਤੇ ਆਹ ਰਿਸ਼ਵਤ ਜਿੰਨੀ ਵੀ ਰਕਮ ਸੀ ਇਹ ਇੱਕਾਂ ਨੂੰ ਉਹ ਫੜੀ ਗਈ ਹੈ ਤੇ ਹੁਣ ਜੋ ਬਣਦੀ ਕਾਰਵਾਈ ਆ ਕੀਤੀ ਜਾਊਗੀ ਇਹਨਾਂ ਦੇ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਤੇ ਕੀ ਪ੍ਰਸ਼ਾਸਨ ਮੈਸੇਜ ਦੇਣਾ ਚਾਹੁੰਦੇ ਦੇਖੋ ਮੈਂ ਤਾਂ ਸਾਫ਼ ਉਹਨਾਂ ਨੂੰ ਕਿਹਾ ਪਟਵਾਰੀ ਸਾਹਿਬ ਨੂੰ ਕਿਹਾ ਵੀ ਕੋਈ ਆਪਣੇ ਕਾਨੂੰਗੋ ਸਾਹਿਬ ਨੂੰ ਤੇ ਤਹਿਸੀਲਦਾਰ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਜਿਵੇਂ ਆਪਾਂ ਅੱਗੇ ਦੇਖਦੇ ਹਾਂ ਕਿ ਵੱਡੀ ਰਿਸ਼ਵਤ ਰਾਜਨੀਤਿਕ ਲੋਕਾਂ ਕੋਲ ਵੀ ਜਾਂਦੀ ਪਰ ਜਦੀ ਆਮ ਆਦਮੀ ਪਾਰਟੀ ਆਈ ਆ ਕਰਪਸ਼ਨ ਫਰੀ ਪੰਜਾਬ ਨੂੰ ਕਰਨ ਦਾ ਅਸੀਂ ਬੀੜਾ ਚੁੱਕਿਆ ਆ ਜਿਹਦੇ ਤਹਿਤ ਤੁਹਾਨੂੰ ਪਤਾ ਹੀ ਪਿੱਛੇ ਸਾਡਾ ਆਪਣਾ ਮੰਤਰੀ ਆ ਜਿਹੜਾ ਅਸੀਂ ਉਹ ਨਹੀਂ ਛੱਡਿਆ ਹੈਗਾ ਤੇ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਇਮਾਨਦਾਰੀ ਨਾਲ ਜਦੋਂ ਸਰਕਾਰ ਕੰਮ ਕਰਦੀ ਆ ਤੁਹਾਡਾ ਸਾਰਾ ਕੋਈ ਫਰਜ਼ ਬਣਦਾ ਇਮਾਨਦਾਰੀ ਨਾਲ ਕੰਮ ਕਰਨ ਦਾ ਕਿਸੇ ਹੁਣ ਤੁਹਾਨੂੰ ਖੁਦ ਦੱਸਦੀ ਆਪਣਾ ਵੀ ਲਗਭਗ 62,000+ ਤਨਖਾਹ ਉਹਨਾਂ ਦੀ ਪਰ ਉਹ ਪਤਾ ਨਹੀਂ ਕਿਉਂ ਲੋਕਾਂ ਦੀਆਂ ਕਦੀ ਰਗਾ ਦੁਖੀ ਕਰਕੇ ਹੈ ਨਾ ਜੋ ਇਹੋ ਜਿਹੇ ਰਿਸ਼ਵਤ ਲੈ ਰਹੇ ਨੇ ਮੈਂ ਤਾਂ ਇਹੀ ਕਹੂੰਗਾ ਉਹਨੂੰ ਵਾਰ ਵਾਰ ਵੀ ਹਾਂ ਤੁਹਾਨੂੰ ਬਹੁਤ ਪਰਮਾਤਮਾ ਦੀ ਕਿਰਪਾ ਹੈਗੀ ਆ ਵਧੀਆ ਨੌਕਰੀਆਂ ਵੱਡੀਆਂ ਵੱਡੀਆਂ ਤਨਖਾਹਾਂ ਨੇ ਤੁਹਾਨੂੰ ਪਤਾ ਪੰਜਾਬ 'ਚ ਬਹੁਤ ਵੱਡੀਆਂ ਤਨਖਾਹਾਂ ਹੈਗੀਆਂ ਨੇ ਨਾ ਲੋਕਾਂ ਨੂੰ ਪਰੇਸ਼ਾਨ ਕਰੋ ਆਪਣਾ ਬਣਦਾ ਫਰਜ਼ ਨਿਭਾਓ ਜੋ ਜ਼ਿੰਮੇਵਾਰੀ ਹੈਗੀ ਆ ਉਹਨੂੰ ਨਿਭਾਓ ਕਮ ਸੇ ਕਮ ਆ ਜਿਹੜਾ ਕਰਪਸ਼ਨ ਵਾਲਾ ਕੰਮ ਹੈ ਬੰਦ ਕਰ ਦਿਓ।